बाबा मोरा वाली। अच्छा तू सुने बाबा मोरा वाली कभी? नहीं मैं नहीं सुने बाबा मोरा। अच्छा जी आज तुसी बाबा मोरा वाली सुनो। बिल्कुल ते जोश ते एक जज्बा आएगा। बिल्कुल ते उतो महाराजा रणजीत सिंह दी कुछ गल करन दे है। पहले तां आपां वीडियो देखने उन्होंने क्या की है। बिल्कुल जी बिल्कुल। फिर आपां गल करदे गो। ओए असी उस गुरु गोबिंद सिंह दे पोते आ सिंघ आ इन्हां लई वी पंथ लई हां दा नारा मार देवे ना अत्ता जिंदगी चेते रखदे आ मलेरकोटले वाले हां दा नारा मारिया ਅਸੀਂ ਅੱਜ ਤੱਕ ਨਹੀਂ ਭੁੱਲੇ ਤੇ ਇਹਨਾਂ ਵਾਲਾ ਕਿੱਦਾਂ ਭੁੱਲ ਜਾਵਾਂਗੇ। ਵਾਹ ਬਈ ਬਿਲਕੁਲ ਸਹੀ ਗੱਲ ਹੈ। ਬਿਲਕੁਲ ਸਹੀ ਮਹਾ ਪੰਜਾਬ ਦੀ ਗੱਲ ਕੀਤੀ ਨਾ ਮਹਾਰਾਜਾ ਰਣਜੀਤ ਸਿੰਘ ਦੀ ਓਏ ਐਡੇ ਵੱਡੇ ਰੁਤਬੇ ਤੇ ਰਹਿ ਕੇ ਦੱਸੋ ਕਿਹੜਾ ਬੋਲਿਆ ਕੋਈ ਬੋਲਿਆ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਉਹਨਾਂ ਦੇ ਰਾਜ ਦੀ ਗੱਲ ਔਰ ਇਹ ਕਹਿਣਾ ਵੀ ਐਸਾ ਰਾਜ ਹੀ ਨਹੀਂ ਜੇ ਕਿਤੇ ਸ਼ਾਂਤੀ ਵਿਖਾਉਣੀ ਵੀ ਪੈ ਜਾਏ ਸਿੱਖਾਂ ਨੂੰ ਤੇ ਸਾਨੂੰ ਬੰਦ ਬੰਦ ਆਪਣਾ ਕਟਾਉਣਾ ਵੀ ਆਉਂਦਾ ਪਰ ਜੇ ਲੋੜ ਪੈ ਗਈ ਕਿਤੇ ਵੀਰਤਾ ਦੀ ਅਸੀਂ ਉਹ ਆ ਜਿਨ੍ਹਾਂ ਨੂੰ ਬਿਨਾਂ ਸਿਰ ਤੋਂ ਲੜ ਕੇ ਵਿਖਾਉਣਾ ਵੀ ਆਉਂਦਾ ਅਸੀਂ ਕਰ ਦਿੰਦੇ ਖੁੰਡੀਆਂ ਰੰਬੀ ਦੀਆਂ ਧਾਰਾਂ ਧੜਕਦੇ ਧੁੜਕਦੇ ਕਦੇ ਨੀ ਖੋਪਰ ਲਹਾਉਂਦੇ ਲੈ ਜਾਵੇ ਖੋ ਕੇ ਕੋਈ ਗਹਿਰਾਂ ਦੇ ਡੋਲੇ ਸਿੱਖ ਰੋਟੀ ਦੀ ਬੁਰਕੀ ਵੀ ਮੂੰਹ ਵਿੱਚ ਨੀ ਪਾਉਂਦੇ ਚੜ ਜਾਵੇ ਹਿੰਦ ਤੇ ਕੋਈ ਨਾਦਰ ਦਾ ਚਾਚਾ ਇਹ ਜ਼ਾਲਮ ਦੀਆਂ ਲੁੱਟਾਂ ਨੂੰ ਰੋਕਣ ਲਈ ਬਣਿਆ ਮੈਲੀ ਅੱਖੇ ਜੇ ਕੋਈ ਪੰਜਾਬ ਵੱਲ ਵੇਖੇ ਕਿ ਆ ਘਸੋਨੋ ਦੀਆਂ ਦਾੜਾਂ ਤੇ ਠੋਕਣ ਲਈ ਬਣਿਆ। ਵਾਹ ਕੀ ਬਾਤ ਹੈ। ਪਰਮ ਸਨਮਾਨਯੋਗ ਬਹੁਤ ਹੀ ਪਿਆਰ ਵਾਲੇ ਵੀਰੋ ਬਜ਼ੁਰਗੋ ਬਹੁਤ ਸਤਿਕਾਰਯੋਗ ਸੰਘਰਸ਼ੀ ਮਾਤਾਓ ਅੱਜ ਆਪਾਂ ਸਾਰੇ ਉਹ ਆਵਾਜ਼ ਉਹ ਨੇਕ ਰੂਹ ਉਹ ਚੰਗੀ ਰੂਹ ਉਹ ਚੰਗੀ ਆਤਮਾ ਜਿਹੜੀ ਸੱਚ ਦੇ ਨਾਲ ਜੁੜੀ ਹੋਈ ਹੈ ਸਿਰਫ ਆ ਜੋ ਹੁਣ ਬੋਲੇ ਇਹੀ ਨਹੀਂ ਸ਼੍ਰੀਮਾਨ ਮਾਨਯੋਗ ਸ਼੍ਰੀ ਸਤਿਆਪਾਲ ਮਲਿਕ ਜੀ ਗਵਰਨਰ ਮੇਘਾਲਿਆ ਉਹਨਾਂ ਦਾ ਜੀਵਨ ਪੜ੍ਹਿਆ ਬਚਪਨ ਤੋਂ ਮੈਂ ਉਹਨਾਂ ਦਾ ਪੜ੍ਹਿਆ ਔਰ ਉਹ ਬਚਪਨ ਤੋਂ ਹੀ ਸੱਚ ਦੇ ਨਾਲ ਜੁੜੇ ਹੱਕਾਂ ਲਈ ਅੜੇ ਹੱਕਾਂ ਲਈ ਖੜੇ ਔਰ ਸੱਚ ਬੋਲੇ ਜਿਹੜਾ ਸੱਚ ਬੋਲਦਾ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਦੀ ਦਰਗਾਹ ਦੇ ਵਿੱਚ ਉਹਨੂੰ ਪ੍ਰਵਾਨ ਮੰਨਿਆ ਜਾਂਦਾ ਉੱਥੇ ਝੂਠਿਆਂ ਦੀਆਂ ਹਾਜ਼ਰੀਆਂ ਨਹੀਂ। ਆਓ ਇਸ ਪਿਆਰੀ ਸ਼ਖਸੀਅਤ ਨੂੰ ਵੈਲਕਮ ਕਰਦੇ ਹਾਂ ਪਿਆਰ ਦਿੰਦੇ ਹਾਂ ਅਹਿਸਾਨ। ਓਏ ਅਸੀਂ ਉਸ ਗੁਰੂ ਗੋਬਿੰਦ ਸਿੰਘ ਦੇ ਪੋਤੇ ਆ ਸਿੰਘ ਆ ਇਹਨਾਂ ਲਈ ਕੋਈ ਪੰਥ ਲਈ ਹਾਂ ਦਾ ਨਾਰਾ ਮਾਰ ਦੇਵੇ ਨਾ ਅੱਤਾ ਜ਼ਿੰਦਗੀ ਚੇਤੇ ਰੱਖਦੇ ਆ ਮਲੇਰਕੋਟਲੇ ਵਾਲਿਆ ਹਾਂ ਦਾ ਨਾਰਾ ਮਾਰਿਆ ਅਸੀਂ ਅੱਜ ਤੱਕ ਨਹੀਂ ਭੁੱਲੇ ਤੇ ਇਹਨਾਂ ਵਾਲਾ ਕਿੱਦਾਂ ਭੁੱਲ ਜਾਵਾਂਗੇ। ਕੈਸੀ ਬਿਪਤਾ ਸੀ ਉਦੋਂ ਖਾਲਸਾ ਜੀ 26 ਤਰੀਕ ਸੱਚਮੁੱਚ ਕਈਆਂ ਦੀ ਨਿਕਲੀ ਚੀਕਾਂ ਪਈਆਂ ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਜਿਨ੍ਹਾਂ ਨੇ ਪੜ੍ਹਿਆ ਜਿਨ੍ਹਾਂ ਨੇ ਸਿੱਖਾਂ ਦੀ ਹਿਸਟਰੀ ਪੜ੍ਹੀ ਉਹ ਹਿੱਕ ਤਾਣ ਕੇ ਐਨ ਵੱਡੀ ਜਿਵੇਂ ਬੈਕ ਸਪੋਰਟ ਉਹ ਅੱਗੇ ਹੋ ਕੇ ਖੜੇ। ਇਸ ਕਰਕੇ ਗਵਰਨਰ ਸਾਹਿਬ ਨੂੰ ਮੈਂ ਫਤਿਹ ਵੀ ਗਜਾਉਣਾ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਸਾਰੀ ਗਜਾ ਦਿਓ ਸਾਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਦਾ ਤੇ ਫਤਿਹ ਵੀ ਵਾਹਿਗੁਰੂ ਦੀ। ਬਾਬਾ ਜੀ ਬੋਲ ਕੇ ਗਏ ਬੰਦੀ ਸਿੰਘਾਂ ਦਾ ਮਸਲਾ ਖਾਲਸਾ ਜੀ ਬੇਅਦਬੀਆਂ ਦੇ ਮਸਲੇ ਔਰ ਸਚਾਈ ਇਹ ਹੈ ਸਾਨੂੰ ਜੋ ਕੁਝ ਵੀ ਮਿਲਿਆ ਇਹ ਵੀ ਸਾਡੇ ਨੇ। ਮਹਾ ਪੰਜਾਬ ਦੀ ਗੱਲ ਕੀਤੀ ਨਾ ਮਹਾਰਾਜਾ ਰਣਜੀਤ ਸਿੰਘ ਦੀ ਓਏ ਐਡੇ ਵੱਡੇ ਰੁਤਬੇ ਤੇ ਰਹਿ ਕੇ ਦੱਸੋ ਕਿਹੜਾ ਬੋਲਿਆ ਕੋਈ ਬੋਲਿਆ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਉਹਨਾਂ ਦੇ ਰਾਜ ਦੀ ਗੱਲ ਔਰ ਇਹ ਕਹਿਣਾ ਵੀ ਐਸਾ ਰਾਜ ਹੀ ਨਹੀਂ। ਔਰ ਖਾਲਸਾ ਜੀ ਆਪ ਸਭ ਨੂੰ ਵੀ ਬੇਨਤੀ ਸਾਡਾ ਤੁਹਾਡਾ ਵੀ ਫਰਜ਼ ਬਣਦਾ ਜਿਹੜਾ ਸੱਚਾ ਹੈ ਸਚਿਆਰ ਹੈ ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਆਖਿਆ ਝੂਠ ਛੱਡੋ ਸੱਚ ਦੀ ਬੋਲੀ ਬੋਲੋ। ਔਰ ਦੂਜੀ ਗੱਲ ਸਾਡਾ ਕਿਸੇ ਧਰਮ ਨਾਲ ਵੈਰ ਨਹੀਂ ਓਏ ਸਾਡਾ ਹਿੰਦੂ ਨਾ ਸਾਡਾ ਮੁਸਲਿਮ ਨਾ ਕੋਈ ਵੈਰ ਨਹੀਂ ਸਭ ਸਾਡੇ ਨੇ ਕੋਈ ਗੈਰ ਨਹੀਂ ਓਏ ਸਾਡੀ ਕਿਸੇ ਧਰਮ ਨਾਲ ਲੱਗਦੀ ਨਹੀਂ ਪਰ ਔਖੇ ਆ ਜ਼ਾਲਮ ਸਰਕਾਰਾਂ ਤੋਂ ਨਾ ਤੀਰਾਂ ਨਾ ਤਲਵਾਰਾਂ ਤੋਂ ਔਰ ਸਿੱਖ ਕੌਮ ਡਰੇ ਗਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਸਾਡੇ ਆਪਣੇ ਗਦਾਰ ਨਾ ਹੋਣ ਸਾਨੂੰ ਮਾਰ ਨਹੀਂ ਸਕਦਾ ਕੋਈ। ਖੈਰ ਇਹ ਕੁਰਸੀ ਹੈ ਹੀ ਅਸੀਂ ਇਸ ਗੱਲ ਲਈ ਵੀ ਵਧਾਈ ਮਲਿਕ ਸਾਹਿਬ ਨੂੰ ਇਹ ਜਿਹੜੀ ਕੁਰਸੀ ਤੇ ਬੈਠੇ ਉੱਥੇ ਬਹਿ ਕੇ ਟਾਂਕਾ ਖੜਕਾਉਂਦੇ ਆ। ਔਰ ਸੰਗਤ ਜੀ ਦੀਪ ਸਿੱਧੂ ਸਾਡਾ ਪਿਆਰਾ ਵੀਰਾ
ਉਹਦੀ ਫੋਟੋ ਵੇਖੋ ਉੱਚੀ ਕਰਕੇ ਲੱਗੀ ਉਹ ਐ ਉਂਗਲੀ ਖੜੀ ਕਰਕੇ ਉੱਚੀ ਬਾਹ ਕਰਕੇ ਗਿਆ ਔਰ ਇਸੇ ਤਰ੍ਹਾਂ ਇੱਕ ਥੋੜੀ ਨਵਦੀਪ ਸਿੰਘ ਡਿਵਡਵਾ ਸਾਹਿਬ ਆਏ ਨੇ ਜਿਨ੍ਹਾਂ ਦੇ ਪੋਤਰੇ ਦੀ ਸ਼ਹਾਦਤ ਹੋਈ ਅਸੀਂ ਸ਼ਹਾਦਤਾਂ ਦਿੰਦੇ ਰਹੇ ਔਰ ਚੇਤੇ ਰੱਖਿਓ ਜੋ ਹੋਤੇ ਹੈ ਸੱਚੇ ਦੇਸ਼ ਭਗਤ ਵੋ ਨਾ ਉਮੀਦ ਨਹੀਂ ਹੋਤੇ ਜੋ ਲੋਕ ਕੌਮ ਕਾ ਬੁਰਾ ਕਰੇ ਵੋ ਕਾਬਲੇ ਦੀਦ ਨਹੀਂ ਹੋਤੇ ਯੇ ਦਰਦੇ ਪਤਨ ਕੇ ਜਜ਼ਬੇ ਹੈ ਜੋ ਕਭੀ ਖਰੀਦ ਨਹੀਂ ਹੋਤੇ ਬੇਤਰਕ ਕਹਿਤਾ ਹੂੰ ਵੋ ਦੇਸ਼ ਹੈ ਮੁਰਦੋ ਕਾ ਜਿਸ ਮੇ ਪੈਦਾ ਸ਼ਹੀਦ ਨਹੀਂ ਹੋਤੇ ਬਿਲਕੁਲ ਸਹੀ ਗੱਲ ਕੀਤੀ ਹੈ ਲਾਲ ਕਿਲੇ ਦੀ ਗੱਲ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਮਾਰੇ ਕਹਿੰਦੇ ਸੁਣੋ ਨੰਦ ਲਾਲ ਦੇ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਉਹ ਕਲਗੀਧਰ ਦਾ ਰਾਜ ਇਹਦੇ ਵਿੱਚ ਸਾਰਿਆਂ ਦੀ ਏਕਤਾ ਉੱਥੇ ਕੋਈ ਊਚ ਨੀਚ ਥੋੜੀ ਆ ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਵੋ ਸੁਣੋ ਨੰਦ ਲਾਲ ਦੇ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਚਾਰ ਵਰਨ ਇੱਕ ਵਰਨ ਕਰਾਊਂ ਚਾਰ ਹੀ ਇੱਕ ਕਰ ਦੂੰ ਵਾਹਿਗੁਰੂ ਸਿੰਘ ਕੋ ਨਾਮ ਜਪਾਊਂ ਚੜ੍ਹਿਆ ਸਿੰਘ ਤਿਸ ਮੁਕਤ ਕਰਾਊਂ ਝੂਲਨ ਨੇਜੇ ਹਸਤੀ ਸਾਜੇ ਦੁਆਰ ਦੁਆਰ ਪਰ ਨੌਬਤ ਬਾਜੇ ਸਵਾ ਲੱਖ ਜਬ ਤੁਖੈ ਪਲੀਤਾ ਤਵੇ ਖਾਲਸਾ ਉਦੇ ਅਸਤ ਲਓ ਜੀ ਦਾ ਖਾਲਸਾ ਖਾਲਸਾ ਕੌਣ ਹੈ ਜਿਹਦੇ ਵਿੱਚ ਮਿਲਾਵਟ ਨਹੀਂ ਪਿਓਰ ਕੀ ਔਰ ਇਹ ਵੀ ਖਾਲਸ ਰੂ ਚੰਗੀ ਰੂ ਪਾਕ ਰੂ ਸੱਚ ਦੇ ਨਾਲ ਜੁੜੀ ਹੋਈ ਰੂ ਸੰਗਤ ਜੀ ਉਹ ਜਿਹੜੀਆਂ ਗੱਲਾਂ ਕੀਤੀਆਂ ਹੁਣੇ ਨਹੀਂ ਪਹਿਲਾਂ ਤੋਂ ਹੀ ਸਰਦਾਰ ਚਰਨ ਸਿੰਘ ਜੀ ਵਰਗੇ ਵੇਖੋ ਸਾਨੂੰ ਉਲਝਾਇਆ ਜਾ ਰਿਹਾ ਸਾਨੂੰ ਲੜਾਇਆ ਜਾ ਰਿਹਾ ਉਹ ਦਿੱਲੀ ਦਾ ਮੋਰਚਾ ਕਿੱਡੀ ਵੱਡੀ ਖੇਡ ਸੀ ਉੱਥੇ ਜਦੋਂ ਨਾ ਮਿਲਦੇ ਸੀ ਧਿਆਨ ਕਰਿਆ ਜੇ ਸਿੰਘ ਜਦੋਂ ਮਿਲਦੇ ਸੀ ਹਰਿਆਣੇ ਵਾਲਿਆਂ ਨੂੰ ਉਹ ਇੱਕ ਦੂਜੇ ਨੂੰ ਮਿਲਣ ਤੋਂ ਪਹਿਲਾਂ ਪਤਾ ਕਹਿੰਦੇ ਤਾਊ ਰਾਮ ਰਾਮ ਤੇ ਤਾਊ ਅੱਗਿਓਂ ਕੀ ਕਹਿੰਦਾ ਸੀ ਉਹ ਕਹਿੰਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਤਾਊ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਸੀ ਤੇ ਜੇ ਆਪਾਂ ਇਸਲਾਮ ਵਾਲੇ ਵੀਰ ਮਿਲੇ ਮਲੇਰਕੋਟਲੇ ਵਾਲੇ ਸਲਾਮ ਭਾਈ ਜਾਨ ਉਹ ਮਰਿਓ ਕੀ ਕਹਿੰਦੇ ਸੀ ਕਹਿੰਦੇ ਸਤਿ ਸ੍ਰੀ ਅਕਾਲ ਸਰਦਾਰ ਜੀ ਆਇਆ ਪਿਆਰ ਸਾਡੇ ਗੁਰੂਆਂ ਨੇ ਇੱਕ ਕੀਤਾ ਏਕੇ ਦੀ ਸੋਚ ਸੱਚ ਦੀ ਸੋਚ ਹੱਕ ਦੀ ਸੋਚ ਵੀਰੋ ਇਹ ਦੁਨੀਆ ਉੱਤੇ ਕਿਸੇ ਨੇ ਸਦਾ ਬੈਠ ਨਹੀਂ ਰਹਿਣਾ ਪਰ ਜਿਹੜੇ ਗੁਰੂ ਘਰ ਦੇ ਦੋਖੀ ਜਾਂ ਪੰਜਾਬ ਦੇ ਦੋਖੀ ਨੇ ਉਹਨਾਂ ਦੇ ਨਾਲ ਨਾ ਮਿਲ ਸਕੇ ਨਾ ਬਹਿ ਸਕੇ ਇਹ ਪਿਆਰੀ ਰੂਹ ਨੂੰ ਕੀ ਆਖਾਂ ਇੰਨੀ ਗੱਲ ਮੈਂ ਕਹਿਣਾ ਜੋ ਸੱਚਾਈ ਹੈ ਸੰਗਤ ਜੀ ਇਹ ਦੁਨੀਆ ਤੇ ਜਿਹੜਾ ਪੈਦਾ ਹੋਇਆ ਉਹਨੂੰ ਜਾਣਾ ਪੈਣਾ ਪਰ ਮੁਲਕੇ ਫਾਨੀ ਮੇ ਆਇਆ ਕੋਈ ਹੱਸਦਾ ਕੋਈ ਰੋਤਾ ਗਿਆ ਕਿਸੀ ਕਾ ਦਾਮਨ ਭਰ ਗਿਆ ਕੋਈ ਪੱਲੇ ਸੇ ਖੋਤਾ ਗਿਆ ਨਾ ਸ਼ਿਕਵਾ ਸ਼ਿਕਾਇਤ ਹੈ ਮੁਕੱਦਰ ਸੇ ਬਾਲਮ ਉਸ ਜਗ੍ਹਾ ਬੋਹੀ ਮਿਲਾ ਜੋ ਇਸ ਜਗ੍ਹਾ ਬੋਤਾ ਗਿਆ ਇੱਥੇ ਹੀ ਗੱਲ ਨਹੀਂ ਅੱਗੇ ਵੀ ਤਾਂ ਜਾਣਾ ਹੈ ਅੱਗੇ ਉੱਜੜੇ ਮੁੱਖ ਉਹਨਾਂ ਦੇ ਹੋਣਗੇ ਜਿਹੜੇ ਹੱਕ ਸੱਚ ਨਾਲ ਜੁੜਨਗੇ ਕਈ ਬੰਦੇ ਕੁਰਸੀ ਮਿਲ ਗਈ ਉਹਨਾਂ ਨੂੰ ਦੇਸ਼ ਭੁੱਲ ਗਿਆ ਵਤਨ ਭੁੱਲ ਗਿਆ ਯਾਦ ਰੱਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਨੇ ਸਾਰਾ ਸਰਬੰਸ ਵਾਰ ਕੇ ਸਾਨੂੰ ਆਪਣੇ ਧੀਆਂ ਪੁੱਤਰ ਬਣਾਇਆ ਉਹਨਾਂ ਖੰਡੇ ਦੀ ਧਾਰ ਚੋਂ ਜਨਮ ਦੇ ਕੇ ਮੌਤ ਤੋਂ ਪਰਾਂ ਹੈ ਲਾਇਆ ਡੇਰਾ ਅੰਮ੍ਰਿਤ ਛਕਾ ਕੇ ਅਮਰ ਕੀਤਾ ਸਾਨੂੰ ਉਹਨਾਂ ਹਨੇਰੇ ਚੋਂ ਕੱਢ ਕੇ ਵਿਖਾਇਆ ਸਵੇਰਾ ਫੜਾਇਆ ਹਮੇਸ਼ਾ ਲਈ ਬਾਣੀ ਦਾ ਪੱਲਾ ਬੱਜਰ ਕਰੈਦਾਂ ਤੋਂ ਬਚਣਾ ਸਿਖਾਇਆ ਓਏ ਸਿੱਖਾ ਸਿਰ ਨੂੰ ਧਰ ਕੇ ਤਲੀ ਦੇ ਉੱਤੇ ਤੇਗਾਂ ਦੀਆਂ ਧਾਰਾਂ ਤੇ ਨੱਚਣਾ ਸਿਖਾਇਆ ਅੱਜ ਵੀ ਨੱਚਦੇ ਨੇ ਅੱਜ ਵੀ ਫੌਜ ਦੇ ਵਿੱਚ ਹਿੱਕਾਂ ਵਿੱਚ ਗੋਲੀਆਂ ਖਾ ਕੇ ਡੱਕਦੇ ਨੇ ਜੇ ਕਿਤੇ ਸ਼ਾਂਤੀ ਵਿਖਾਉਣੀ ਵੀ ਪੈ ਜਾਏ ਸਿੱਖਾਂ ਨੂੰ ਤੇ ਸਾਨੂੰ ਬੰਦ ਬੰਦ ਆਪਣਾ ਕਟਾਉਣਾ ਵੀ ਆਉਂਦਾ ਪਰ ਜੇ ਲੋੜ ਪੈ ਗਈ ਕਿਤੇ ਵੀਰਤਾ ਦੀ ਤੇ ਅਸੀਂ ਉਹ ਆ ਜਿਨ੍ਹਾਂ ਨੂੰ ਬਿਨਾਂ ਸਿਰ ਤੋਂ ਲੜ ਕੇ ਵਿਖਾਉਣਾ ਵੀ ਆਉਂਦਾ ਅਸੀਂ ਕਰ ਦਿੰਦੇ ਖੁੰਡੀਆਂ ਰੰਬੀ ਦੀਆਂ ਧਾਰਾਂ ਧੜਕਦੇ ਧੁੜਕਦੇ ਕਦੇ ਨੀ ਖੋਪਰ ਲਹਾਉਂਦੇ ਲੈ ਜਾਵੇ ਖੋ ਕੇ ਕੋਈ ਗਹਿਰਾਂ ਦੇ ਡੋਲੇ ਸਿੱਖ ਰੋਟੀ ਦੀ ਬੁਰਕੀ ਵੀ ਮੂੰਹ ਵਿੱਚ ਨੀ ਪਾਉਂਦੇ ਚੜਿਆ ਵੀ ਹਿੰਦ ਤੇ ਕੋਈ ਨਾਦਰ ਦਾ ਚਾਚਾ ਇਹ ਜ਼ਾਲਮ ਦੀਆਂ ਲੁੱਟਾਂ ਨੂੰ ਰੋਕਣ ਲਈ ਬਣਿਆ ਮੈਲੀ ਅੱਖੇ ਜੇ ਕੋਈ ਪੰਜਾਬ ਵੱਲ ਵੇਖੇ ਤੇ ਆ ਘਸੋਨੋ ਦੀਆਂ ਦਾੜਾਂ ਤੇ ਠੋਕਣ ਲਈ ਬਣਿਆ ਪੰਥ ਜਿਉਂਦਾ ਰਿਹਾ ਹੈ ਪੰਜਾਬ ਜਿਉਂਦਾ ਰਿਹਾ ਹੈ ਪੰਥ ਜਿਉਂਦਾ ਰਿਹਾ ਹੈ ਤੇ ਜਿਉਂਦਾ ਰਹੇਗਾ ਇਹ ਕੜਕਦਾ ਰਿਹਾ ਹੈ ਇਹ ਕੜਕਦਾ ਰਹੇਗਾ ਇਹ ਕਲੀਆਂ ਤੋਂ ਕੋਮਲ ਤੇ ਪੱਥਰਾਂ ਤੋਂ ਕਰੜਾ ਕੜਕਦਾ ਕੜਕਦਾ ਬੜਕਦਾ ਰਿਹਾ ਹੈ ਇਹ ਕੜਕਦਾ ਕੜਕਦਾ ਬੜਕਦਾ ਰਹੇਗਾ ਹਿਸਟਰੀ ਪੜ੍ਹ ਲਓ ਇਹ ਜੰਗਲਾਂ ਵਿੱਚ ਮੰਗਲਾਂ ਵਿੱਚ ਰੋਡਾਂ ਵਿੱਚ ਰੱਖੜਾਂ ਵਿੱਚ ਬੰਜਰਾਂ ਵਿੱਚ ਝੱਖੜਾਂ ਵਿੱਚ ਗੜਿਆਂ ਵਿੱਚ ਮੀਆਂ ਵਿੱਚ ਸਰਹੰਦੀਆਂ ਨੀਆਂ ਵਿੱਚ ਮੁਸ਼ਕਲ ਦੀ ਘੜੀ ਵਿੱਚ ਚਮਕੌਰ ਦੀ ਘੜੀ ਵਿੱਚ ਇੱਥੇ ਉੱਥੇ ਜਿੱਥੇ ਕਿੱਥੇ ਮਰਜ਼ੀ ਵੇਖ ਲਓ ਇਹਨਾਂ ਦੀ ਹਿਸਟਰੀ ਇਹ ਸਤਿਕਾਰਯੋਗ ਸਤਪਾਲ ਜੀ ਹੋਰਾਂ ਇਹਨਾਂ ਨੇ ਗੁਰਮੁਖ ਪਿਆਰਿਓ ਇਹਨਾਂ ਨੇ ਇਹ ਹਿਸਟਰੀ ਜਿੱਥੋਂ ਤੱਕ ਪਹੁੰਚਾਈ ਕਈ ਵਾਰੀ ਪ੍ਰਚਾਰਕ ਜਾਂ ਦੂਜੇ ਤੀਜੇ ਅਸੀਂ ਬੋਲਦੇ ਹਾਂ
वह गल उत्थे नहीं जाती। शुभदीप मूसेवाला उहदी भी फोटो लगी हुई आ, वह जिहड़ियां गल्लां वह दुनिया च पहुंचा गया, जिहड़े कुछ कीता पंजाब लई वह साडे धीआं पुत्तर सारे साडे ने। फिर आखां साडा वैर थोड़ी किसे ना, बड़ियां प्यारियां प्यारियां रूहां गुरम प्यारियो देवटवा साहब का मैं जिक्र किया, और परमजीत सिंह कौर जी देवटवा, और इदां ही सर बिक्रमजीत सिंह जी उन्होंने नवरीर के माता पिता जी वह भी पहुंचे आ। गुरु कृपा करे, एको ही बेनती करदा, साडे कोल बहुत चंगी रूह का आना होया, इह अकाल पुरख वाहिगुरु का धन्नवाद, गुरु नानक गुरु गोबिंद सिंह जी का धन्नवाद, सारिआं दा धन्नवाद, ते इन्हां दा कोटान कोट धन्नवाद। और नाल ही बेनती, पंजाब इह गुरुआं पीरां दी धरती, मां पंजाब दी आप जी गल करदे हो, सनिमर बेनती आप जी नूं, आप जी साडी गल अगे पहुंचाओ, साडू बहुत वड्डा भरोसा है आप जी उत्ते। सारा पंजाब, मैं आस्ट्रेलिया तों आया कल, उत्थे भी गल्लां चलदियां सी, इंग्लैंड च, दुनिया भर च, जे माण महसूस कीता उह सरकार योग साडे मलक साहिब साडे ने, अपने ने, और सानू बहुत वड्डा उहनां ते माण है। बंदी सिंघां दी गल होर जिन्ने भी मोर्चे अगे जरूर करनगे, होर बड़ियां गल्लां उह अपने आप ही मसले चक्कदे। आओ एक उहनां दी आमद ते मैं फतेह जकारे गजा के बनाउण लगा, ते सारी कर दिओ, गज गए जकारे गजावे, निहाल हो जावे, फतेह पावे, सत श्री अकाल, गुरबर अकाल, चिट्टिया बाजा वालियो, सतगुरु रख लियो बिरद बाणे दी लाज, चित्तो गुप्तो शहीदो सिंघो, सरबत गुरु खालसे सिंह साहिब जी का सत श्री, बोले सो निहाल, तुहाडा भी पहुंचण दे माण महसूस होंदिया, जज्बा होंदिया एक अंदरों एडा ज्यादा, बिल्कुल जी बिल्कुल, कि आपां वीडियो देखण दे सी, एडा ज्यादा जज्बा महसूस होंदिया सीगा कि यार ऐसे बड़ा, मतलब कि इन्हां दी एक एक गल एक एक चीज जोश ते जज्बे वाली ते बिल्कुल सही गल कीती है ना। बिल्कुल जी बिल्कुल, सब तो पहलो तो साधु भाई मैं ये कहांगा कि राजा रणजीत सिंह दा जिहड़ा दौर सी बिल्कुल खालसी, जिहड़ी मैनूं सब तों अच्छी गल लगी। अच्छा, ये खालस तो मुराद ये इनू कहिंदे खालसा राज, खालस दा मतलब हुंदा खालसा राज, बिल्कुल, जिहड़े दूजे है वह समझते कि यह पता नहीं केड़ा खालसा राज है, इहदे विच सिर्फ सिख ही रहणगे, बिल्कुल, और खालसा, अच्छा खालस दा मतलब की है, हर एक चीज खालस, प्योर, हर एक चीज प्योर, बिल्कुल, इंसाफ खालस, बिल्कुल। महाराजा, अच्छा एक मैं सुन दिया सीगा, महाराजा रणजीत सिंह दे दौर दे विच किसे नूं फांसी नहीं हुई, ओहो क्या बात, ऐसा खालस, तुसी आई देखो, इंसाफ एक नंबर मिलदा किसे नूं, बिल्कुल जी बिल्कुल, और यार खंड घ्यो चीनी नहीं एक नंबर मिलदी, बिल्कुल, अगर इंसाफ किथे मिलना, इंसाफ एक नंबर मिलेगा, कोई एक चीज मैनूं दसो, खाण पीण वाली कोई शै एक नंबर मिलदी होवे, बिल्कुल, इंसाफ ते बड़ी दूर दी गल है, बिल्कुल जी बिल्कुल, कोई शै एक नंबर नहीं। उन्हां दा कहण दा मतलब सीगा खालस दा, कि खालसा, खालसा राज दा मतलब खालस, बिल्कुल, एक नंबर चीज, केड़ा बंदा नहीं चाहुंदा कि मैनूं एक नंबर चीज ना मिले, बिल्कुल जी बिल्कुल, हर एक बंदा ही चाहुंदा है, एहो ही खालसा राज है, बिल्कुल जी बिल्कुल। अच्छा उन्होंने दौर च फांसी इस करके नहीं लगता हुई कि हर चीज जी उन्होंने इंसाफ सी, इंसाफ सी, कोई गुनाह नहीं सी करता, उन्होंने पता सी पूरी पूरी सजा मिलनी, पूरे पूरे पंजाब दे विच, और ऐसा राज जड़ा गोरियां दा ये कहना है कि ऐसा राज कदी पूरे एशिया दे विच, पंजाब दे विच पहले कदी आया ही नहीं गा, इन्नू कहंदे आ खालसा राज, बिल्कुल जी बिल्कुल। ते दूसरी गल जिहड़ी उन्होंने कहा कि जड़ा हां दा नारा मार दे ना मलेरकोटला दे मुसलमानां दे बारे जिहड़ी गल कही है, अच्छा मलेरकोटला दे मुसलमान उत्थे अज इदां रहिंदे आ, मैं कई इदां दी मेरे उन्हां दा गलबात हुंदी, कहिंदे सानूं पता ही नहीं है बिल्कुल इत्थे सिख है मुसलमान है या की भाईचारा है। मलेरकोट सब तो महफूज तरीन जिहड़ा शहर है ना वह मलेरकोटला, मलेरकोटला, और अच्छा जो 47 दी जंग हुई ना, जो 47 दा वेला आया, किन्नी कतलो गारत किन्ना कुछ होया, बिल्कुल, गुरु गोबिंद सिंह जी ने सिखां नूं हुक्म कीता सीगा तुसी मलेरकोटला दे मुसलमानां दी हिफाजत करनी है, क्यों, क्योंकि इन्होंने हां दा नारा मारिया सी छोटे साहिबजादियां दे बारे, बिल्कुल बिल्कुल, ते 47 दे विच एड्डा नुकसान होया ते मलेरकोटला दे मुसलमानां नूं एक झरीट भी नहीं आई, ओ क्या बात है, मतलब झरीट
एक छोटी गल नहीं है, बिल्कुल जी बिल्कुल, बहुत बड़ी वड्डी गल है। ते उत्थे अज सिखां दा मुसलमानां दा एडा ज्यादा भाईचारा वै, ते जिहड़ा कोई हिसाब ही कोई हर त्यौहार इकट्ठे मनाउंदे, मैं अक्सर वीडियो वेखी है, बिल्कुल जी बिल्कुल। ते बाकी यार माण महसूस होंदा इक बड़ा ज्यादा, इक अंदरों इक जज्बा, इक बड़ी इक फीलिंग महसूस होंदी सी। ते इह इसे तरह ही सतपाल मलिक नूं इन्हां ने बुलाया, इह कोई गवर्नर है, बिल्कुल। असीं अपने व्यूअर्स नूं कहांगे सतपाल मलिक दी वी वीडियो लाजमी देखो, जिहदा लिंक थले डिस्क्रिप्शन च वी आ रहा होगा, उत्ते आई बटन देखो भी आ रहा होगा। वह भी एक बड़ी एक जोश वाली वीडियो सी, असि उन्हां दा इंटरव्यू सुनिया, तो बड़ा एक जोश से बड़ा एक जज्बा महसूस होंदा सी। सरदार जी एक गल मैनूं बड़ी चंगी लगी, जो लाजमी दसो, बड़ा जज्बा महसूस होंदे। मिलने अगली वीडियो, इजाजत चाहते हैं। अल्लाह हाफिज़।